चरना च आया हाय। मैं कर्नाटक तो आके 35 अक्षर सीख के इन्नी प्रभावित होया है। गुरु सिद्धांत चार साहब जी दी योगदान बलिदान उन्हां दी कुर्बानी देख के मैं हैरान होया है। उन्हां दी शहादत उन्हां दी कुर्बानी दुनिया दे विच किथे भी नहीं मिलेगी इतिहास दे विच। ये शोक शबा एक संद मिल के उन्होंने याद करने की समा है। नौजवान लोग कितने ना कितने उस इतिहास को दूर जा रहे ने। इसलिए मैं ये संदेश लेकर आया कि लोगों को दर्शन ले ये मेले नहीं है। ये चार साहब जी चरणों में आके उन्होंने सिद्धांत को अपनाने की गल मैं बेनती करने ले आया जी। ਪੰਜਾਬ ਬਾਕੀ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸੀ ਕਿ ਆਹ ਚੀਜ਼ ਇਹਨਾਂ ਦੀ ਬੜੀ ਇਹ ਪੰਜਾਬੀ ਬੜੇ ਅਮੀਰ ਨੇ ਕਿਹੜੀ ਗੱਲ ਖਿੱਚ ਲਈ ਸਾਨੂੰ ਜੀ ਜੀ ਇਹ 35 ਅੱਖਰ ਇਸ ਤੋਂ ਵੱਡਾ ਕੁਝ ਹੋ ਹੀ ਨਹੀਂ ਸਕਦਾ। ਇਸ 35 ਅੱਖਰ ਮੈਂ ਸਿੱਖਣ ਤੋਂ ਬਾਅਦ ਇੰਨੀ ਪ੍ਰਭਾਵਿਤ ਹੋਇਆ ਮੈਡਮ ਕਿ ਸ੍ਰੀ ਜਪਜੀ ਸਾਹਿਬ ਨੂੰ ਮੈਂ ਕੰਨੜ ਵਿੱਚ ਅਨੁਵਾਦ ਕੀਤਾ। ਆਨੰਦ ਉਸ ਤੋਂ ਬਾਅਦ ਸੁਖਮਨੀ ਸਾਹਿਬ ਆਸ਼ਾ ਦੀ ਵਾਰ ਕਮਾਲ ਹੈ। ਜੇਕਰ ਕਿਸੇ ਨੂੰ ਹਰਾਉਣਾ ਹੈ ਕਲਮ ਨਾਲ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਲਮ ਨਾਲ ਲਿਖ ਕੇ ਉਸ ਵਕਤ ਦੇ ਔਰੰਗਜ਼ੇਬ ਦੀ ਤਖਤ ਨੂੰ ਹਿਲਾਇਆ ਸੀ। ਉਸ ਜਫਰਨਾਮੇ ਦੇ ਗੁਰੂ ਸਾਹਿਬ ਲਿਖਦੇ ਨੇ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜਕ ਰਿਹਾ ਕੁਨ ਰਹੀਮ ਅਮਾ ਬਖਸ਼ ਬਖਸ਼ਿੰਦੋ ਦਸਤਗੀਰ ਖਤਾ ਬਖਸ਼ ਰੋਜੀ ਦਿਓ ਦਿਲ ਫਜ਼ੀਰ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ ਖੁਦਾਵੰਦ ਬਖਸ਼ਿੰਦੇ ਐਸੋ ਅਰਸ ਹਮੋ ਮਰਦ ਬਾਇਦ ਸ਼ਬਦ ਸ਼ੁਕਨਵਰ ਨਾ ਸਿਖਮੇ ਦਿਗਰ ਦਰ ਦਾਨੇ ਦਿਗਰ ਚੀਹਾ ਸੁਧ ਕੇ ਚੁੰਗ ਬੇ ਚੁੰਗ ਪੇਚ ਦੇ ਚਾਰ ਪੇਚ ਦੇ ਮਾਰ ਕਮਾਲ ਹੈ। ਤੇ ਸਵਾਲ ਦੀ ਜਵਾਬ ਇਹ ਹੈ ਕਿ ਪੰਜਾਬੀ ਦੇ ਵਿੱਚ ਪੰਜਾਬੀ ਲੋਕ ਹੀ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ। ਤੁਹਾਡੀ ਮਾਂ ਬੋਲੀ ਹੈ ਤੁਸੀਂ ਸਨਮਾਨ ਕਰੋ। ਜੇਕਰ ਤੁਸੀਂ ਨਹੀਂ ਕਰੋਗੇ ਤਾਂ ਮੈਂ ਕਰਾਂਗਾ, ਮੈਂ ਨਹੀਂ ਛੱਡਾਂ ਕਿਉਂ ਮੈਂ ਕਰਨਾਟਕ ਤੋਂ ਹਾਂ ਪਰ ਪੰਜਾਬੀ ਰੋਟੀ ਮੈਂ ਖਾਂਦਾ ਹੈ ਰੋਜ਼। ਤੁਸੀਂ ਇੰਨਾ ਜ਼ਿਆਦਾ ਸਹਿਯੋਗ ਪੰਜਾਬ ਨੂੰ ਦੇ ਰਹੇ ਹੋ, ਅੱਜ ਪੰਜਾਬ ਦੀ ਇਸ ਧਰਤੀ ਤੇ ਬੜੀ ਵੱਡੀ ਧਰਤੀ ਇਸ ਤੇ ਪਹੁੰਚੇ ਹੋਏ ਹੋ, ਸਾਹਿਬਜ਼ਾਦਿਆਂ ਨੂੰ ਮਹਿਸੂਸ ਕਰਦੇ ਹੋ ਤਾਂ ਕੀ ਕਿਵੇਂ ਦਾ ਕੀ ਲੱਗਦਾ ਤੁਹਾਨੂੰ? ਜੀ ਜੀ ਮੈਨੂੰ ਲੱਗਦਾ ਹੈ ਹਰੇਕ ਦੁਨੀਆ ਦੇ ਹਰੇਕ ਭਾਸ਼ਾ ਦੇ ਵਿੱਚ ਚਾਰ ਸਾਹਿਬਜ਼ਾਦੇ ਬਾਰੇ ਇਤਿਹਾਸ ਨੂੰ ਲਿਖ ਕੇ ਹਰ ਭਾਸ਼ਾ ਵਿੱਚ ਪਹੁੰਚਾਉਣ ਦੀ ਲੋੜ ਹੈ ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਿੱਥੇ ਵੀ ਇਹ ਉਦਾਹਰਣ ਨਹੀਂ ਮਿਲ ਸਕਦੇ। ਇੰਨੀ ਛੋਟੀ ਉਮਰ ਦੇ ਨਿੱਕੀ ਨਿੱਕੀ ਉਮਰ ਦੇ ਵਿੱਚ ਇੰਨੀ ਵੱਡੀ ਸੋਚ ਇੰਨੀ ਹਿੰਮਤ। ਜੈਕਟ ਪਾਈ ਹੈ ਇੰਡੀਅਨ ਫਾਰਮਰ, ਕਿਸਾਨੀ ਅੰਦੋਲਨ ਵੀ ਅਸੀਂ ਜਿੱਤ ਕੇ ਆਏ ਹਾਂ ਇੱਥੇ ਫਤਿਹਗੜ੍ਹ ਸਾਹਿਬ ਧਰਤੀ ਤੇ। ਬੜੀਆਂ ਅਰਦਾਸਾਂ ਹੋਇਆ ਕਰਦੀਆਂ ਸੀ ਕਿ ਅਸੀਂ ਜਿੱਤ ਕੇ ਵਾਪਸ ਆਈਏ, ਤੇ ਇਹ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਗਏ ਹੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਚੜ੍ਹਦੀ ਕਲਾ ਕੌਮ ਨੇ ਜਿਹੜਾ ਇੱਕ ਸਰਕਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਜੀ ਬਿਲਕੁਲ, ਇਹ ਜਿੱਤਣ ਦੇ ਪਿੱਛੇ ਇੱਕੋ ਇੱਕ ਕਾਰਨ ਤੁਹਾਨੂੰ ਦੱਸ ਦੇਵਾਂ ਮੈਂ ਮੈਡਮ। ਇਹ ਸਿੱਖ ਸਿਧਾਂਤ ਦੀ ਕਾਰਨ ਹੀ ਜਿੱਤੀ ਹੈ। ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਆ ਵੱਡੀ ਗਿਣਤੀ 'ਚ ਸੰਗਤਾਂ, ਗੁਰੂ ਸਾਹਿਬ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ, ਮਾਂ ਗੁਜਰ ਕੌਰ ਨੂੰ ਸਜਦਾ ਕਰਨ ਲਈ ਇਸ ਧਰਤੀ 'ਤੇ ਪਹੁੰਚਦੀਆਂ ਨੇ। ਇਸ ਵੇਲੇ ਅਸੀਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਖੜ੍ਹੇ ਹੋਏ ਹਾਂ, ਪਰ ਇੱਕ ਤਸਵੀਰ ਜਿਹੜੀ ਸਾਨੂੰ ਤੁਹਾਨੂੰ ਦਿਖਾਉਣੀ ਜਿੱਥੇ ਸੰਗਤਾਂ ਵੱਡੀ ਗਿਣਤੀ 'ਚ ਆਉਂਦੀਆਂ ਨੇ, ਉੱਥੇ ਹੀ ਇਹਨਾਂ ਸੰਗਤਾਂ ਨੂੰ ਇੱਕ ਹੋਰ ਮੈਸੇਜ ਦੇਣ ਦੇ ਲਈ ਹਮੇਸ਼ਾ ਹੀ ਪੰਡਿਤ ਰਾਓ ਦੇ ਵੱਲੋਂ ਬੜਾ ਵੱਡਾ ਜਿਹੜਾ ਉਪਰਾਲਾ ਕੀਤਾ ਜਾਂਦਾ। ਉਪਰਾਲਾ ਕੀ ਹੈ ਕਿ ਜਦੋਂ ਅਸੀਂ ਇਸ ਧਰਤੀ 'ਤੇ ਆਉਂਦੇ ਹਾਂ, ਕਈ ਲੋਕ ਇਸ ਨੂੰ ਮੇਲਾ ਕਹਿੰਦੇ ਨੇ, ਅਸੀਂ ਸ਼ਹੀਦੀ ਮੇਲੇ 'ਤੇ ਚੱਲੇ ਹਾਂ। ਇੱਥੇ ਮੇਲਾ ਨਹੀਂ ਹੈ, ਇਹ ਜੋੜ ਮੇਲ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਆ। ਔਰ ਇਸ ਨੂੰ ਸਾਡੇ ਨਾਲ ਪੰਡਿਤ ਰਾਓ ਮੌਜੂਦ ਨੇ, ਉਹਨਾਂ ਨਾਲ ਪੁੱਛ ਲੈਂਦੇ ਹਾਂ ਕਿ ਅੱਜ ਉਹਨਾਂ ਨੇ ਫਿਰ ਇੱਕ ਸਿਰ ਦੇ ਉੱਪਰ ਬੋਲ ਚੁੱਕਿਆ ਕਿ ਮੈਂ ਮੇਲੇ ਵਿੱਚ ਨਹੀਂ, ਮੈਂ ਤਾਂ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਆਇਆ ਹਾਂ। ਇਹ ਕੀ ਮੈਸੇਜ ਦੇ ਰਹੇ ਹੈ, ਕਿਉਂਕਿ ਇੱਕ ਬੜਾ ਵੱਡਾ ਮੈਸੇਜ ਹੈ ਇਹ ਵਾਲਾ। ਪੰਡਿਤ ਜੀ, ਇਹ ਬਹੁਤ ਵੱਡਾ ਮੈਸੇਜ, ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਧਰਤੀ 'ਤੇ ਆਉਂਦੇ ਨੇ ਔਰ ਇਸ ਨੂੰ ਮੇਲੇ ਦੇ ਰੂਪ 'ਚ ਸਮਝਦੇ ਨੇ, ਇਹ ਮੈਸੇਜ ਤੁਹਾਡੇ ਵੱਲੋਂ ਇਹ ਕਿਸ ਤਰੀਕੇ ਨਾਲ ਦਿੱਤਾ ਜਾ ਰਿਹਾ? ਜੀ ਦੇਖੋ ਜੀ, ਇੱਕੋ ਇੱਕ ਪਰਮਾਤਮਾ ਦੀ ਕਿਰਪਾ ਹੈ। ਮੈਂ ਕਰਨਾਟਕ ਤੋਂ ਆ ਕੇ 35 ਅੱਖਰ ਸੀਖ ਕੇ ਇੰਨੀ ਪ੍ਰਭਾਵਿਤ ਹੋਇਆ ਹਾਂ। ਗੁਰੂ ਸਿਧਾਂਤ ਚਾਰ ਸਾਹਿਬ ਜੀ ਦੀ ਯੋਗਦਾਨ ਬਲੀਦਾਨ ਉਹਨਾਂ ਦੀ ਕੁਰਬਾਨੀ ਦੇਖ ਕੇ ਮੈਂ ਹੈਰਾਨ ਹੋਇਆ ਹੈ। ਉਹਨਾਂ ਦੀ ਸ਼ਹਾਦਤ ਉਹਨਾਂ ਦੀ ਕੁਰਬਾਨੀ ਦੁਨੀਆ ਦੇ ਵਿੱਚ ਕਿੱਥੇ ਵੀ ਨਹੀਂ ਮਿਲਣਗੀ ਇਤਿਹਾਸ ਦੇ ਵਿੱਚ। ਜੇਕਰ ਅਜਿਹੇ ਸਿਧਾਂਤ ਅਜਿਹੇ ਤਿਆਗ ਬਲੀਦਾਨ ਦੀ ਬਾਰੇ ਜੇਕਰ ਤੁਸੀਂ ਮਿਲੋਗੇ ਉਹ ਮੇਲੇ ਨਹੀਂ ਹੋ ਸਕਦਾ ਹੈ। ਇਹ ਸ਼ੋਕ ਸ਼ਬਾ ਏਕ ਸੰਦ ਮਿਲ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਨ ਦੀ ਸਮਾਂ ਹੈ। ਨੌਜਵਾਨ ਲੋਕ ਕਿਤੇ ਨਾ ਕਿਤੇ ਉਸ ਇਤਿਹਾਸ ਨੂੰ ਇਤਿਹਾਸ ਤੋਂ ਦੂਰ ਜਾ ਰਹੇ ਨੇ। ਇਸ ਲਈ ਮੈਂ ਇਹ ਸੰਦੇਸ਼ ਲੈ ਕੇ ਆਇਆ ਕਿ ਲੋਕਾਂ ਨੂੰ ਦੱਸਣ ਲਈ ਇਹ ਮੇਲੇ ਨਹੀਂ ਹੈ, ਇਹ ਚਾਰ ਸਾਹਿਬਜ਼ਾਦੇ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੇ ਸਿਧਾਂਤ ਨੂੰ ਅਪਣਾਉਣ ਦੀ ਗੱਲ ਮੈਂ ਬੇਨਤੀ ਕਰਨ ਲੈ ਆਇਆ ਜੀ।
ਜਦੋਂ ਕਰਨਾਟਕ ਤੋਂ ਪਹਿਲੀ ਵਾਰ ਤੁਸੀਂ ਪੰਜਾਬ ਆਏ ਸੀ, ਪੰਜਾਬ ਆ ਕੇ ਕਿਹੜੀ ਚੀਜ਼ ਨੇ ਪ੍ਰਭਾਵਿਤ ਕੀਤਾ ਸੀ ਕਿ ਆਹ ਚੀਜ਼ ਇਹਨਾਂ ਦੀ ਬੜੀ, ਇਹ ਪੰਜਾਬੀ ਬੜੇ ਅਮੀਰ ਨੇ, ਕਿਹੜੀ ਗੱਲ ਖਿੱਚ ਲਈ ਸਾਨੂੰ? ਜੀ ਜੀ, ਇਹ 35 ਅੱਖਰ, ਇਸ ਤੋਂ ਵੱਡਾ ਕੁਛ ਹੋ ਹੀ ਨਹੀਂ ਸਕਦਾ, ਕਿਉਂਕਿ ਜੇਕਰ ਇਹ 35 ਸਿੱਖੋਗੇ, ਸਭ ਤੋਂ ਪਹਿਲਾਂ ਆਕਰਸ਼ਿਤ ਮੈਨੂੰ ਕੋਈ ਕੀਤਾ ਹੈ ਤਾਂ ਇਹ 35 ਅੱਖਰ ਹੈ। ਇਸ 35 ਅੱਖਰ ਮੈਂ ਸਿੱਖਣ ਤੋਂ ਬਾਅਦ ਇੰਨੀ ਪ੍ਰਭਾਵਿਤ ਹੋਇਆ ਮੈਡਮ ਕਿ ਸ਼੍ਰੀ ਜਪਜੀ ਸਾਹਿਬ ਨੂੰ ਮੈਂ ਕੰਨੜ ਵਿੱਚ ਅਨੁਵਾਦ ਕੀਤਾ। ਆਨੰਦ, ਉਸ ਤੋਂ ਬਾਅਦ ਸੁਖਮਨੀ ਸਾਹਿਬ, ਆਸ਼ਾ ਦੀ ਵਾਰ, ਕਮਾਲ ਹੈ, ਕਮਾਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਫਰਨਾਮਾ ਵੀ ਕੰਨੜ ਵਿੱਚ ਅਨੁਵਾਦ ਹੋਇਆ। ਇਸ 35 ਸਿੱਖਣ ਤੋਂ ਬਾਅਦ ਕਰਨਾਟਕ ਤੋਂ ਆ ਕੇ ਸਭ ਤੋਂ ਪਹਿਲਾਂ ਆਕਰਸ਼ਿਤ ਹੋਣ ਵਾਲਾ, ਇਸ ਤੋਂ ਆਸ਼ੀਰਵਾਦ ਲੈ ਕੇ 35 ਲੈ ਕੇ ਮੈਂ ਬਹੁਤ ਬਹੁਤ ਖੁਸ਼ ਹਾਂ ਮੈਡਮ। ਜ਼ਫਰਨਾਮਾ ਪੜ੍ਹਿਆ ਤੁਸੀਂ? ਜੀ ਜੀ, ਪੜ੍ਹ ਕੇ ਅਨੁਵਾਦ ਹੋਇਆ ਮੈਡਮ ਕੰਨੜ ਭਾਸ਼ਾ ਦੇ ਵਿੱਚ। ਮੈਂ ਮੇਰੇ ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਕਿਰਪਾ ਹੋਈ ਹੈ, ਉਹ ਜ਼ਫਰਨਾਮਾ ਦੇ ਵਿੱਚ 111 ਪੰਕਤੀ ਨੇ, ਉਹ ਮੈਂ ਸਾਰੇ ਬਿਨਾਂ ਬੋਲ ਕੇ ਬੋਲ ਸਕਦਾ ਹੈ, ਪਰ 5 ਪੰਕਤੀ ਮੈਂ ਜ਼ਰੂਰ ਇੱਥੇ ਸੁਣਾਵਾਂਗਾ, ਕਿਉਂਕਿ ਇਹ ਮੇਰਾ ਗੁਰੂ ਮਹਾਰਾਜ ਦੀ ਧਰਤੀ ਹੈ। 5 ਪੰਕਤੀ ਜ਼ਰੂਰ ਸੁਣਾਉਣਾ ਚਾਹਾਂਗਾ, ਕਿਉਂਕਿ ਇਹ ਗੁਰੂ ਮਹਾਰਾਜ ਦੀ ਉਸ ਜ਼ਫਰਨਾਮਾ ਦੇ ਵਿੱਚ ਫਾਰਸੀ ਭਾਸ਼ਾ, ਉਹ ਵੀ ਉਸਦੇ ਵਿੱਚ ਗੁਰੂ ਮਹਾਰਾਜ ਇੰਨੀ ਕਮਾਲ ਦੇ ਲਿਖਦੇ ਨੇ, ਜੇਕਰ ਕਿਸੇ ਨੂੰ ਹਰਾਉਣਾ ਹੈ ਕਲਮ ਨਾਲ, ਉਹ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਣਾ ਚਾਹੀਦਾ, ਕਿਉਂਕਿ ਉਹਨਾਂ ਨੇ ਕਲਮ ਨਾਲ ਲਿਖ ਕੇ ਉਸ ਵਕਤ ਦੇ ਔਰੰਗਜ਼ੇਬ ਦੀ ਤਖ਼ਤ ਨੂੰ ਹਿਲਾਇਆ ਸੀ। ਉਸ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਲਿਖਦੇ ਨੇ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜਿਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ਿੰਦੋ ਦਸਤਗੀਰ, ਖਤਾ ਬਖਸ਼ ਰੋਜ਼ੀ ਦਿਓ ਦਿਲ ਫਜ਼ੀਰ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ, ਖੁਦਾਵੰਦ ਬਖਸ਼ਿੰਦੇ ਐਸੋ ਅਰਸ, ਹਮੋ ਮਰਦ ਬਾਇਦ ਸ਼ਬਦ ਸ਼ੁਕਨਵਰ, ਨਾ ਸਿੱਖਮੇ ਦਿਗਰ ਦਰ ਦਹਾਨੇ ਦਿਗਰ, ਚੀਹਾ ਸੁਦ ਕੇ ਚੁੰਗ ਬੇ ਚੁੰਗ, ਪੇਚ ਦੇ ਹਚਾਰ ਪੇਚ ਦੇ ਅਮਾਰ। ਕਮਾਲ ਹੈ ਜੀ ਜੀ, ਜ਼ਫਰਨਾਮਾ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਟਾਈਮ ਤੇ। ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਤੁਸੀਂ ਬੜਾ ਸੋਹਣਾ ਸੰਦੇਸ਼ ਲੈ ਕੇ ਆਏ ਹੋ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਨੂੰ ਇੱਕ ਮੇਲਾ ਸਮਝ ਕੇ ਆਉਂਦੀ ਹੈ, ਔਰ ਬਹੁਤ ਸਾਰੇ ਨੌਜਵਾਨ ਜੋ ਦਿਲ ਤੋਂ ਰੂਹ ਤੋਂ ਸਜਦਾ ਕਰਨ ਵੀ ਆਉਂਦੇ ਨੇ। ਤੁਸੀਂ ਪੰਜਾਬੀ ਮਾਂ ਬੋਲੀ ਦੇ ਲਈ ਵੀ ਬਹੁਤ ਪ੍ਰਚਾਰ ਕੀਤਾ ਆ, ਔਰ ਪੰਜਾਬੀ ਮਾਂ ਬੋਲੀ ਨਾਲ ਤੁਹਾਨੂੰ ਇੰਨਾ ਲਗਾਵ ਹੋ ਸਕਦਾ, ਸਾਡੇ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਕਿਉਂ ਨਹੀਂ? ਹਾਂ, ਇਹ ਬਹੁਤ ਚਿੰਤਾ ਦੀ ਗੱਲ ਹੈ ਮੈਡਮ ਤੁਹਾਡੀ ਸਵਾਲ ਦੀ। ਇਹ ਕਿਉਂ ਮੈਂ ਇੱਕ ਉਦਾਹਰਣ ਦੇ ਕੇ ਮੈਂ ਫਿਰ ਸਵਾਲ ਤੁਹਾਨੂੰ ਹੀ ਪੁੱਛਦਾ ਹੈ, ਇੰਨੀ ਅਮੀਰ ਭਾਸ਼ਾ ਪੰਜਾਬੀ, ਇੰਨੀ ਕਮਾਲ ਦੀ ਰੂਹਾਨੀਅਤ ਭਰੀ 35 ਅੱਖਰ, ਇਸ ਭਾਸ਼ਾ ਦੇ ਵਿੱਚ ਸਿਰਫ ਡੇਢ ਗਿਆਨਪੀਠ ਪੁਰਸਕਾਰ ਕਿਉਂ? ਇੱਕ ਨੂੰ ਮਿਲਿਆ ਜੀ ਅੰਮ੍ਰਿਤਾ ਪ੍ਰੀਤਮ ਨੂੰ ਪੂਰਾ ਮਿਲਿਆ, ਉਸ ਤੋਂ ਬਾਅਦ ਪ੍ਰੋਫੈਸਰ ਗੁਰੂਦਿਆਲ ਸਿੰਘ ਨੇ ਕਿਸੇ ਨਾਲ ਸ਼ੇਅਰ ਕੀਤੇ ਨੇ, ਹੋਇਆ ਸਿਰਫ ਡੇਢ। ਮੈਂ ਸਵਾਲ ਪੁੱਛਦਾ ਹੈ ਕਿ ਇੰਨੀ ਅਮੀਰ ਪੰਜਾਬੀ ਭਾਸ਼ਾ ਲਈ ਸਿਰਫ ਡੇਢ ਗਿਆਨਪੀਠ ਪੁਰਸਕਾਰ ਕਿਉਂ, ਜਦਕਿ ਮੇਰੇ ਮਾਂ ਬੋਲੀ ਕੰਨੜ ਲਈ 8 ਗਿਆਨਪੀਠ ਪੁਰਸਕਾਰ ਮਿਲ ਚੁੱਕੇ ਨੇ? ਅਤੇ ਸਵਾਲ ਦੀ ਜਵਾਬ ਇਹ ਹੈ ਕਿ ਪੰਜਾਬੀ ਦੇ ਵਿੱਚ ਪੰਜਾਬੀ ਲੋਕ ਹੀ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਨਹੀਂ ਕਰਦੇ, ਕਿਤਾਬ ਖਰੀਦ ਕੇ ਪੰਜਾਬੀ 'ਚ ਨਹੀਂ ਪੜ੍ਹਦੇ, ਘਰ ਦੇ ਵਿੱਚ ਪੰਜਾਬੀ ਅਖਬਾਰ ਮੈਗਜ਼ੀਨ ਕਿਤਾਬ ਨਹੀਂ ਪਹੁੰਚਦੇ। ਕਿੱਥੋਂ ਤੁਸੀਂ ਲੇਖਕ ਵੱਲੋਂ ਚੰਗੇ ਲੇਖਣੀ ਕਵਿਤਾ ਉਮੀਦ ਰੱਖ ਸਕਦੇ ਹੋ? ਪਰ ਕਰਨਾਟਕ ਦੇ ਵਿੱਚ ਅਸੀਂ ਕਿਤਾਬ ਖਰੀਦ ਕੇ ਪੜ੍ਹਦੇ ਹਾਂ, ਮੈਗਜ਼ੀਨ ਖਰੀਦ ਕੇ ਪੜ੍ਹਦੇ ਹਾਂ, ਲੇਖਕ ਸਨਮਾਨ ਕਰਦੇ ਲੇਖਕਾਂ ਨੂੰ। ਇਹ ਮੈਨੂੰ ਲੱਗਦਾ ਨਹੀਂ ਕਿਤੇ ਕਿਤੇ ਇਹ ਕੱਟ ਲੱਗਦਾ ਹੈ, ਇਸ ਲਈ ਮੈਂ ਇਹ 35 ਅੱਖਰ ਨੂੰ ਸਿਰ 'ਤੇ ਰੱਖ ਕੇ ਘੁੰਮਦਾ ਹੈ, ਗਲੀ ਗਲੀ ਵਿੱਚ ਜਾ ਕੇ ਬੇਨਤੀ ਕਰਦਾ ਹੈ, ਤੁਹਾਡੀ ਮਾਂ ਬੋਲੀ ਹੈ, ਤੁਸੀਂ ਸਨਮਾਨ ਕਰੋ, ਜੇਕਰ ਤੁਸੀਂ ਨਹੀਂ ਕਰੋਗੇ ਤਾਂ ਮੈਂ ਕਰਾਂਗਾ, ਮੈਂ ਨਹੀਂ ਛੱਡਾਂ, ਕਿਉਂ? ਮੈਂ ਕਰਨਾਟਕ ਤੋਂ ਹਾਂ, ਪਰ ਪੰਜਾਬੀ ਰੋਟੀ ਮੈਂ ਖਾਂਦਾ ਹੈ ਰੋਜ਼, ਪੰਜਾਬ ਦੀ ਰੋਟੀ ਮੈਂ ਖਾਂਦਾ ਹੈ, ਪੰਜਾਬੀ ਪਾਣੀ ਪੀਂਦਾ ਹੈ, ਇਸ ਲਈ ਮਰ ਜਾਣ ਤੱਕ ਮੇਰਾ 35 ਮੇਰਾ ਸਿਰ 'ਤੇ ਰਹੂਗਾ। ਕੀ ਬਾਤ ਹੈ ਜੀ, ਆ ਪੰਜਾਬੀ ਪੰਜਾਬੀ ਮਾਂ ਬੋਲੀ ਦੀ ਤੁਸੀਂ ਗੱਲ ਕੀਤੀ ਆ, ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਸਹਿਯੋਗ ਪੰਜਾਬ ਨੂੰ ਦੇ ਰਹੇ ਹੋ, ਅੱਜ ਪੰਜਾਬ ਦੀ ਇਸ ਧਰਤੀ 'ਤੇ ਬੜੀ ਵੱਡੀ ਧਰਤੀ ਇਸ 'ਤੇ ਪਹੁੰਚੇ ਹੋਏ ਹੋ, ਸਾਹਿਬਜ਼ਾਦਿਆਂ ਨੂੰ ਮਹਿਸੂਸ ਕਰਦੇ ਹੋ ਤਾਂ ਕੀ ਕਿਵੇਂ ਦਾ ਕੀ ਲੱਗਦਾ ਤੁਹਾਨੂੰ? ਜੀ ਜੀ, ਮੈਨੂੰ ਲੱਗਦਾ ਹੈ ਹਰੇਕ ਦੁਨੀਆ ਦੇ ਹਰੇਕ ਭਾਸ਼ਾ ਦੇ ਵਿੱਚ 4 ਸਾਹਿਬਜ਼ਾਦੇ ਬਾਰੇ ਇਤਿਹਾਸ ਨੂੰ ਲਿਖ ਲਿਖ ਕੇ ਹਰ ਭਾਸ਼ਾ ਵਿੱਚ ਪਹੁੰਚਾਉਣ ਦੀ ਲੋੜ ਹੈ, ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਿੱਥੇ ਵੀ ਇਹ ਉਦਾਹਰਣ ਨਹੀਂ ਮਿਲ ਸਕਦੇ। ਇੰਨੀ ਛੋਟੀ ਉਮਰ ਦੇ, ਨਿੱਕੀ ਨਿੱਕੀ ਉਮਰ ਦੇ ਵਿੱਚ ਇੰਨੀ ਵੱਡੀ ਸੋਚ, ਇੰਨੀ ਹਿੰਮਤ, ਉਸ ਸਰਕਾਰ ਨੂੰ ਤਖ਼ਤ ਨੂੰ ਹਿਲਾਉਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਕਮਾਲ ਹੈ। ਇਸ ਲਈ ਮੈਨੂੰ ਲੱਗਦਾ ਹੈ ਉਸ ਦੀ ਯੋਗਦਾਨ ਸਿਧਾਂਤ ਨੂੰ ਹਰੇਕ ਭਾਸ਼ਾ ਵਿੱਚ ਅਨੁਵਾਦ ਕਰਕੇ ਪਹੁੰਚਾਉਣ ਦੀ ਲੋੜ ਹੈ। ਮਾਤਾ ਖੀਵੀ ਜਿਨ੍ਹਾਂ ਨੇ 15ਵੀਂ ਸਦੀ ਦੇ ਵਿੱਚ ਔਰਤ ਦੀ ਆਜ਼ਾਦੀ ਨਹੀਂ ਸੀ, ਉਸ ਵਕਤ ਦੇਸੀ ਗੀ 'ਚ ਲੰਗਰ ਬਣ ਕੇ ਉਹ ਬਣਾ ਕੇ ਵੰਡਦੀ ਸੀ ਮਾਤਾ ਖੀਵੀ,
उन्होंने योगदान बारे लोगों तक पहुँचाने की लड़ है। मैं लगता पंजाबी लोग जागणगे, पंजाबी पैंती अखर का सम्मान करेंगे, अपने इतिहास की विरासत सम्मान करके होर भी प्रचार करेंगे जरूर। ਪੰਜਾਬੀ ਨਾਲ ਇੰਨਾ ਜੁੜੇ ਹੋ, ਰਹਿਣ ਵਾਲੇ ਕਰਨਾਟਕ ਦੇ ਹੋ, ਇੰਨਾ ਪੰਜਾਬ ਨੇ ਤੁਹਾਨੂੰ ਖਿੱਚਿਆ ਹੈ ਨਾ, ਇੰਨਾ ਪਿਆਰ ਪੰਜਾਬੀ ਦੇ ਨਾਲ, ਔਰ ਕਦੀ ਵਿਰਾਗ ਵਿੱਚ ਆਏ ਹੋ ਇਤਿਹਾਸ ਪੜ੍ਹ ਕੇ ਲੱਗਾ ਹੋਵੇ ਕਿ ਕੁਰਬਾਨੀਆਂ ਦੇ ਨਾਲ ਭਰਪੂਰ ਇਤਿਹਾਸ ਹੈ ਪੰਜਾਬੀਆਂ ਦਾ? ਜੀ ਬਿਲਕੁਲ, ਹਰੇਕ ਪੰਨੇ ਹਰੇਕ ਇਤਿਹਾਸ ਹਰੇਕ ਗੁਰੂ ਸਿਧਾਂਤ ਦੇ ਦੇਖੋਗੇ ਤੁਸੀਂ ਪੂਰਾ ਸ਼ਹਾਦਤ ਭਰੇ, ਭਾਵੇਂ ਉਹ ਤੱਤੀ ਤਵੀ ਤੇ ਬੈਠ ਕੇ ਵੀ ਕਮਾਲ ਹੈ। ਉਸ ਤੋਂ ਬਾਅਦ ਤੁਸੀਂ ਵੀ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ ਸਾਹਿਬ ਦੀ ਦੇਖੋਗੇ, ਦੂਜੇ ਦੀ ਧਰਮ ਨੂੰ ਬਚਾਉਣ ਲਈ ਆਪਣੀ ਸੀਸ ਦੇਣਾ ਕਮਾਲ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਸ ਤੋਂ ਵੱਧ ਕੀ ਹੋ ਸਕਦਾ ਹੈ ਕਿ ਆਪਣੀ ਚਾਰ ਬੱਚੇ ਨੂੰ ਵਾਰਨਾ, ਉਹ ਵੀ ਕਮਾਲ ਹੈ। ਸਾਡੇ ਬੱਚੇ ਲਈ ਕੋਈ ਕੁਛ ਬੋਲਣਗੇ ਤਾਂ ਇੰਨੇ ਗੁੱਸਾ ਆ ਜਾਂਦੀ ਹੈ, ਪਰ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ 'ਤੇ ਕੋਈ ਮੁਕਾਬਲਾ ਹੋ ਹੀ ਨਹੀਂ ਸਕਦਾ ਹੋ ਇਤਿਹਾਸ ਦੇ ਵਿੱਚ। ਬਿਲਕੁਲ ਜੀ, ਇੱਕ ਜੈਕਟ ਪਾਈ ਹੈ ਇੰਡੀਅਨ ਫਾਰਮਰ, ਕਿਸਾਨੀ ਅੰਦੋਲਨ ਵੀ ਅਸੀਂ ਜਿੱਤ ਕੇ ਆਏ ਹਾਂ ਇੱਥੇ ਫਤਿਹਗੜ੍ਹ ਸਾਹਿਬ ਧਰਤੀ 'ਤੇ। ਬੜੀਆਂ ਅਰਦਾਸਾਂ ਹੋਇਆ ਕਰਦੀਆਂ ਸੀ ਕਿ ਅਸੀਂ ਜਿੱਤ ਕੇ ਵਾਪਸ ਆਈਏ, ਅਤੇ ਇਹ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਗਏ ਹੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਚੜ੍ਹਦੀ ਕਲਾ ਕੌਮ ਨੇ ਜਿਹੜਾ ਇੱਕ ਸਰਕਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਜੀ ਬਿਲਕੁਲ, ਇਹ ਜਿੱਤਣ ਦੇ ਪਿੱਛੇ ਇੱਕੋ ਇੱਕ ਕਾਰਨ ਤੁਹਾਨੂੰ ਦੱਸ ਦੇਵਾਂ ਮੈਂ ਮੈਡਮ, ਇਹ ਸਿੱਖ ਸਿਧਾਂਤ ਦੀ ਕਾਰਨ ਹੀ ਜਿੱਤੀ ਹੈ। ਕਿਉਂ? ਸਵੇਰੇ 4 ਵਜ ਕੇ ਉਹ ਬਾਰਡਰ 'ਤੇ ਆਸ਼ਾ ਦੀ ਵਾਰ ਸ੍ਰੀ ਜਪਜੀ ਸਾਹਿਬ ਪਾਠ ਕਰਦੇ ਸਨ ਲੋਕ, ਉਹ ਸ਼ਕਤੀ ਹੈ ਉਹਦੇ ਵਿੱਚ, ਉਹਦੇ ਵਿੱਚ ਸ਼ਕਤੀ ਹੈ। ਜੇਕਰ ਤੁਸੀਂ ਲਗਾਤਾਰ ਜਪਜੀ ਸਾਹਿਬ ਦਾ ਪਾਠ ਕਰੋਗੇ, ਆਸ਼ਾ ਦੀ ਵਾਰ ਦਾ ਪਾਠ ਕਰੋਗੇ, ਉਹ ਤਖ਼ਤ ਨੂੰ ਚਲਾਉਣ ਵਾਲੇ ਹਿੱਲ ਜਾਣਗੇ। ਮੈਡਮ ਹਿੱਲ ਚੁੱਕਿਆ ਜੀ, ਮੋਦੀ ਸਾਹਿਬ ਉਹ ਆਪਣਾ ਕਾਨੂੰਨ ਵਾਪਸ ਲੈ ਚੁੱਕੇ ਨੇ। ਕਹਿਣ ਦਾ ਭਾਵ ਹੈ ਉਹ ਸਿੱਖ ਸਿਧਾਂਤ ਹੀ ਇਹ ਕਾਰਨ ਸੀਗਾ, ਉਹ ਮਜਬੂਰ ਹੋ ਕੇ ਮੋਦੀ ਸਾਹਿਬ ਨੇ ਆਪਣਾ ਕਾਨੂੰਨ ਵਾਪਸ ਲਿਆ। ਹੋਰ ਉਹ ਬਹੁਤ ਕੁਛ ਕਰਨਗੇ ਪੰਜਾਬ ਲਈ, ਆਉਣ ਵਾਲੇ ਸਮੇਂ 'ਚ ਦੇਖੋਗੇ ਬਹੁਤ ਕੁਛ ਘੋਸ਼ਣਾ ਕਰਨ ਵਾਲੇ ਨੇ ਪੰਜਾਬ ਲੋਕਾਂ ਲਈ, ਕਿਸਾਨ ਲਈ। ਉਹ ਕਰਨਾ ਪਊਗਾ ਉਹਨਾਂ ਨੂੰ, ਕਿਉਂਕਿ 1 ਸਾਲ ਤੱਕ ਬਾਰਡਰ 'ਤੇ ਬੈਠ ਕੇ ਜਿਸ ਢੰਗ ਨਾਲ ਕਿਸਾਨ ਨੇ ਤਾਗ ਤਪੱਸਿਆ ਕੀਤੇ ਨੇ, ਉਸਦਾ ਸਫਲ ਉਸਦਾ ਪ੍ਰਤੀਫਲ ਜ਼ਰੂਰ ਮਿਲੇਗੀ। ਜੇ ਕਰਨਾਟਕ ਦਾ ਰਹਿਣ ਵਾਲਾ ਕੰਨੜ ਬੋਲਣ ਵਾਲਾ ਵਿਅਕਤੀ ਪੰਜਾਬੀ ਮਾਂ ਬੋਲੀ ਦੀ ਇੰਨੀ ਸੇਵਾ ਕਰਦਾ ਹੈ, ਪੰਜਾਬੀ ਮਾਂ ਬੋਲੀ ਨੂੰ ਤਵੱਜੋ ਦਿੰਦਾ ਹੈ, ਤਾਂ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਪੰਜਾਬੀ ਬੋਲਣ 'ਚ ਸ਼ਰਮ ਕਿਉਂ ਹੈ? ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਸਾਡੇ ਜਿਹੜੇ ਪੰਜਾਬ ਦੇ ਲੋਕ ਅਕਸਰ ਪੰਜਾਬੀ ਪੜ੍ਹਨ ਦੇ ਵਿੱਚ ਪੰਜਾਬੀ ਬੋਲਣ 'ਚ ਬੜਾ ਗੁਰੇਜ਼ ਕਰ ਲੈਂਦੇ ਨੇ, ਬੜਾ ਸੋਹਣਾ ਮੈਸੇਜ ਦੇ ਰਹੇ ਨੇ ਇਸ ਧਰਤੀ 'ਤੇ, ਕੀ ਕਹਿਣਾ ਚਾਹੋਗੇ? ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਡੇਲੀ ਪੋਸਟ ਪੰਜਾਬੀ ਹਰਿਆਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜੋ ਪਲ ਪਲ ਦੀ ਖਬਰ ਸਾਨੂੰ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਦਿਖਾ ਰਹੀ ਹੈ। ਸੋ ਸਾਨੂੰ ਇਹਨਾਂ ਵਰਗੇ ਨੌਜਵਾਨ ਵੀਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਹਨਾਂ ਦਾ ਬਹੁਤ ਬਹੁਤ ਦਿਲ ਦਿਆਂ ਗਰਾਂ ਵਿੱਚ ਧੰਨਵਾਦ। ਉਹਨਾਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰੀ ਸ਼ਹੀਦੀ ਨੂੰ ਕੋਟਾਨ ਕੋਟਾਨ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੰਜਾਬ ਦੇ ਰਹਿਣ ਵਾਲੇ ਲੋਕ ਨੇ, ਸਤਿ ਸ੍ਰੀ ਅਕਾਲ, ਪੰਜਾਬ ਦੇ ਰਹਿਣ ਵਾਲੇ ਨੇ, ਔਰ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਬੜੇ ਪਿੱਛੇ ਰਹਿ ਗਏ ਹਾਂ, ਕਿਉਂਕਿ ਮਾਂ ਬੋਲੀ ਪੰਜਾਬੀ ਬੋਲਣ 'ਚ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ। ਪੰਜਾਬੀ ਗਾਣੇ ਸੁਣਦੇ ਹਾਂ ਪਰ ਪੰਜਾਬੀ ਬੋਲਣਾ ਨਹੀਂ ਚਾਹੁੰਦੇ, ਅਸੀਂ ਅੰਗਰੇਜ਼ੀ ਨੂੰ ਪਹਿਲਾਂ ਤਵੱਜੋ ਦਿੰਦੇ ਹਾਂ, ਫਿਰ ਕਹਿੰਦੇ ਹਾਂ ਕਿ ਜੇ ਕੋਈ ਸਾਹਮਣੇ ਸਾਡੀ ਹਿੰਦੀ ਬੋਲ ਰਿਹਾ ਤਾਂ ਅਸੀਂ ਉਹਨੂੰ ਪੰਜਾਬੀ 'ਚ ਜਵਾਬ ਨਹੀਂ ਦਿੰਦੇ, ਉਹਦੇ ਨਾਲ ਅਸੀਂ ਹਿੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਉਹਨੂੰ ਇਹ ਨਹੀਂ ਕਹਿੰਦੇ ਕਿ ਅਸੀਂ ਵੀ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰਾਂਗੇ, ਤੁਸੀਂ ਵੀ ਪੰਜਾਬੀ 'ਚ ਗੱਲ ਕਰੋ, ਜੇ ਸਾਨੂੰ ਉਹ ਹਿੰਦੀ ਬੋਲਣ ਲਈ ਮਜਬੂਰ ਕਰਦੇ ਨੇ ਤਾਂ ਅਸੀਂ ਕਿਉਂ ਨਹੀਂ ਆਪਣੀ ਮਾਂ ਬੋਲੀ ਪੰਜਾਬੀ ਬੋਲਣ ਲਈ ਉਸਨੂੰ ਮਜਬੂਰ ਕਰ ਸਕਦੇ? ਇੱਕ ਮੈਸੇਜ ਜਿਹੜਾ ਕਰਨਾਟਕ ਤੋਂ ਲੈ ਕੇ ਪੰਜਾਬ 'ਚ ਪਹੁੰਚੇ ਨੇ, ਪੰਜਾਬ ਦੇ ਨਾਲ ਇੰਨਾ ਪਿਆਰ ਜਿਹੜਾ ਪੰਡਿਤ ਰਾਓ ਧਰੇਵਰ ਹੁਣ ਦਾ ਜਾਗਦਾ, ਪਰ ਸਾਡੇ 'ਚ ਇੰਨਾ ਮੋਹ ਕਿਉਂ ਨਹੀਂ ਹੈ? ਆਓ ਰਲ ਕੇ ਸਾਰੇ ਇੱਕ ਹਮਲਾ ਮਾਰੀਏ, ਘਰ ਘਰ ਪੰਡਿਤ ਰਾਓ ਇੱਕ ਹੋਵੇ ਤਾਂ ਅੱਜ ਪੰਜਾਬ ਵਾਕਈ ਖੁਸ਼ਹਾਲ ਹੋ ਜਾਵੇਗਾ, ਪੰਜਾਬੀ ਬਹੁਤ ਉੱਚੇ ਪੱਧਰ 'ਤੇ ਜਾਏਗੀ, ਪੰਜਾਬ ਦਾ ਹਰ ਨੌਜਵਾਨ ਹਰ ਘਰ ਵਿੱਚ ਪੰਜਾਬੀ ਬੋਲੀ ਜਾਏਗੀ। ਔਰ ਜਦੋਂ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਆਉਂਗੇ ਨਾ, ਇਹਨੂੰ ਮੇਲਾ ਨਹੀਂ, ਇਹਨੂੰ ਸ਼ਹੀਦੀ ਜੋੜ ਮੇਲ ਸਮਝ ਕੇ ਆਇਓ, ਗੁਰੂ ਪਾਤਸ਼ਾਹ ਦੇ ਅੱਗੇ ਨਮਸਕਾਰ ਕਰਿਓ। ਮੇਲੇ ਦੇ ਰੰਗ ਮੇਲਿਆਂ 'ਚ ਹੁੰਦੇ ਨੇ, ਇੱਥੇ ਮੇਲਾ ਨਹੀਂ ਹੈ। ਹੁਣ ਤੁਹਾਡੇ ਤੋਂ ਅਸੀਂ ਅੱਗੇ ਲਵਾਂਗੇ ਸਹਿਯੋਗੀ ਸਾਥੀ ਕੇਵਲ ਸਿੰਘ ਦੇ ਨਾਲ, ਮਨਦੀਪ ਕੌਰ ਸੰਧੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।